ਇੰਪੈਕਟ ਮੈਂ ਚੱਲ ਗਿਆ ਸਾਰੇ ਸਾਰੇ ਘੈਂਟ ਹੋਵੋਗੇ। ਉਮੀਦ ਕਰਦਾ ਵਲੋਗ ਵਧੀਆ ਕਿਉਂਕਿ ਮੈਂ ਵਲੋਗ ਨੂੰ ਅੱਜ ਤੱਕ ਸ਼ੁਰੂ ਦੇਖਿਓ ਅਤੇ ਅੱਜ ਮੈਂ ਵਲੋਗ ਦੀ ਸਟਾਰਟਿੰਗ ਬਹੁਤ ਲੇਟ ਕਰ ਰਿਹਾ। ਅੱਜ ਥੋੜ੍ਹਾ ਬਿਜ਼ੀ ਸੀਗੇ ਸਵੇਰੇ ਅਤੇ 1 ਵਜ ਗਿਆ ਅੱਜ। ਗਰਮੀ ਬਹੁਤ ਹੋ ਰਹੀ ਹੈ ਅੱਜ, ਗਰਮੀ ਦਾ ਬੁਰਾ ਹਾਲ ਹੋ ਰਿਹਾ ਜਿਵੇਂ ਅਤੇ ਇੱਧਰ ਇੱਕ ਐਸੀ ਸਟੈਂਡਰਡ ਇਹਦੇ ਬ੍ਰੇਕ ਖੋਲੇ ਹੋਏ ਨੇ, ਪੀਟੋ ਸਾਫਟ ਕੱਢੀ ਹੋਈ ਆ, ਖੜਕਿਆ ਕਰਦੇ ਸੀ ਬ੍ਰੇਕ ਦੀਆਂ ਪਲੇਟਾਂ ਢਿੱਲੀਆਂ ਨੇ। ਆ ਰਿਹਾ ਸਟੈਂਡਰਡ, ਜੋ ਬ੍ਰੇਕ ਸਾਫ ਹੋ ਰਿਹਾ, ਬਹੁਤ ਖਰਾਬ ਹੋ ਜਾਊ ਬ੍ਰੇਕ ਦੇ। ਇੱਧਰ ਆਇਆ ਹੋਲੈਂਡ ਜਿਹੜਾ ਆਪਾਂ ਛੱਡ ਗਏ ਸੀ ਉਹਦੇ, ਹਾਂ ਵੀ ਆ ਉਹੀ ਬੰਦਾ ਜਿਹੜਾ ਉਹਦੇ ਦੁਕਾਨ 'ਚ ਕਹਿੰਦੇ ਕਹਿੰਦਾ ਚੱਕ ਲਾ, ਕਹਿੰਦਾ ਜਿਹੜਾ ਕੁਛ ਚੱਕਣਾ, ਕਹਿੰਦਾ ਉਹੀ ਕਹਿੰਦਾ ਕਹਿੰਦਾ ਜਦੋਂ ਮੈਂ ਆਉਂਦਾ ਕਹਿੰਦਾ ਤੂੰ ਉਹਦੀ ਕੈਮਰਾ ਕੱਢ ਲੈਂਦਾ, ਹੈਂ ਇੱਧਰ ਜਾ ਕੇ ਲੈ ਕਿੰਨੇ ਕਿੰਨੇ ਟਰੈਕਟਰ ਖੜ੍ਹੇ ਤੇਰੇ ਕੋਲ ਹੁਣ, ਕਿੰਨੇ ਮਾਡਲ, 17 ਮਾਡਲ ਹੋਰ, ਜੀ ਆਇਆ ਇੱਕ ਸਵਰਾਜ, ਇਹਦਾ ਪੰਪ ਨੇ ਜਿਹੜਾ ਖੋਲਣਾ, ਕਹਿੰਦੇ ਮਸ਼ੀਨ 'ਤੇ ਲਾਉਣਾ, ਹੂਟਰ ਦੇਖਾ ਕਿੱਥੇ ਲਾਇਆ ਹੋਇਆ, ਹਰ ਕਹਿੰਦੇ ਪੱਟੂ ਕਹਿੰਦੇ ਲਾਉਣਾ ਤਾਂ ਹੈਗਾ, ਕਹਿੰਦੇ ਜੇ ਉੱਪਰ ਨਹੀਂ ਲੱਗਦਾ ਫਿਰ ਥੱਲੇ ਲਾਵਾਂਗੇ, ਪਰ ਕਹਿੰਦੇ ਹੂਟਰ ਜ਼ਰੂਰ ਲਾਉਣਾ। ਬਸ ਇਹਨੂੰ ਵੀ ਲਾਉਣਾ ਇੱਕ ਹੋਰ ਟਰੈਕਟਰ 854, ਉਹਨੂੰ ਉੱਥੇ ਪਿੱਛੇ ਲਾ ਕੇ ਫਿਰ ਇਹਨੂੰ ਖੋਲਦੇ ਹਾਂ। ਅਤੇ ਆਹ ਸਟੈਂਡਰਡ ਦੀ ਵੀ ਇੱਧਰਲਾ ਬ੍ਰੇਕ ਹੋ ਗਿਆ ਸੀ ਡਨ, ਬ੍ਰੇਕ ਇਹਦਾ ਕਸਤਾ ਸੀਗਾ, ਇੱਧਰ ਪਲੇਟ ਖੋਲੀ ਹੋਈ ਸੀਗੀ, ਸੀਲ ਦੀ ਕਿਸੇ ਦੀ ਸੀਲ ਪਾਈ ਆ, ਤਾਂ ਫਿਲਟਰ ਵੀ ਖੁੱਲ੍ਹ ਗਿਆ ਸਾਫ਼ ਕਰਨਾ, ਤਾਂ ਫਿਲਟਰ ਬਦਲਣਾ, ਅਤੇ ਰੇਡੀਟਰ ਦਾ ਖੁੱਲ੍ਹ ਗਿਆ, ਰੇਡੀਟਰ ਖੋਲ੍ਹਤਾ, ਅਤੇ ਇਹਦੇ ਵੀ ਹੁਣ ਇਕੱਲੀਆਂ ਨਿਓਜ਼ਲਾਂ ਖੋਲ੍ਹਣੀਆਂ ਨੇ, ਬਾ ਇਕੱਲੀਆਂ ਨਿਓਜ਼ਲਾਂ ਖੋਲ੍ਹ ਦੇਣੀਆਂ, ਇਕੱਲੀਆਂ ਨਿਓਜ਼ਲਾਂ ਇਕੱਲੀਆਂ ਨਿਓਜ਼ਲਾਂ।
ਵਲੌਗ ਜੀ ਦੀਆਂ ਨਿਊਜ਼ਾਂ ਖੁੱਲ੍ਹ ਚੁੱਕੀਆਂ, ਤੁਸੀਂ ਟਾਈਮ ਲੈਪਸ ਕਰੋ ਇੰਜੋਏ ਬਣਾ ਅਤੇ ਫੋਨ ਪਤਾ ਆਪਾਂ ਇਹਦੇ ਵਿੱਚ ਟਿਕਾਇਆ ਸੀਗੇ, ਇਹਦੇ ਵਿੱਚ ਟਰਾਈਪੋਡ ਆਪਾਂ ਚੱਕਿਆ ਨਹੀਂ, ਬਸ ਵਿੱਚ ਹੀ ਪਾਤਾ, ਵਧੀਆ ਜਗਾੜ ਸੀ। ਬਾਕੀ ਇੱਧਰ ਚੱਲ ਰਿਹਾ ਮਿਊਜ਼ਿਕ ਸਿਸਟਮ, ਆ ਰਹੀਆਂ ਜੀ ਨਿਊਜ਼ਾਂ ਕੁਛ ਇਸ ਤਰ੍ਹਾਂ ਦੀਆਂ ਹੁੰਦੀਆਂ, ਦੇਖੋ ਬਸ ਆਹ ਚੀਜ਼ ਹੁੰਦਾ ਨਿਊਜ਼ਾਂ, ਬੜਾ ਖਾਸ ਨਹੀਂ ਹੁੰਦਾ ਜੀ, ਦੇਖੋ ਇੱਥੋਂ ਤੇਲ ਜਾਂਦਾ ਹੁੰਦਾ। ਸੋ ਹੁਣ ਕੱਲ੍ਹ ਨੂੰ ਦਿਨੇ ਦਿਖਾਵਾਂਗੇ ਸਮਾਰਕ, ਹੁਣ ਹਨੇਰਾ ਜਿਹਾ ਹੋ ਗਿਆ।